ਹਾਂਜੀ ਸਾਨੂੰ ਹੁਕਮ ਹੈ ਤੁਹਾਡੀ ਸੇਵਾ ਦੇ ਵਿੱਚ। ਸਭ ਤੋਂ ਪਹਿਲਾਂ ਮੈਂ ਰੱਬ ਵਰਗੇ ਸਰੋਤਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ। ਅੱਜ ਤੋਂ ਪਹਿਲਾਂ ਮੈਂ ਕਾਫੀ ਲੋਕ ਕਥਾ ਗਾਈਆਂ ਸਾਡੇ ਸੁਖਮੰਦਰ ਸਿੱਧੂ ਜੀ ਅੱਠ ਜਲਾਲਾਂ ਵਾਲੇ ਜਿਹੜੇ ਗੀਤਕਾਰੀ ਦੇ ਬਾਬਾ ਬੋੜ ਥੰਮ ਬਹੁਤ ਸੋਹਣਾ ਲਿਖਿਆ ਉਹਨਾਂ ਦਾ ਸੁੱਚਾ ਸੂਰਮਾ ਜੈਵਲ ਫਤਿਹ ਰਿਕਾਰਡ ਕਰਵਾਇਆ। ਅੱਜ ਪੂਰਨ ਭਗਤ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਇਆ। ਉਹ ਸਾਹਮਣੇ ਮੇਰੇ ਬਾਈ ਜੀ ਪੰਮਾ ਪੁੱਲਾ ਜੀ ਬੈਠੇ ਨੇ, ਲਖਵਿੰਦਰ ਗਰੇਵਾਲ, ਪਾਲਪਿੰਦਰ ਸ਼ਰਮਾ ਜੀ ਅਤੇ ਸਤਨਾਮ ਜੀ ਮੱਲੂ ਕਾਦੀਆਪੁਰ ਵਾਲੇ ਬੈਠੇ ਨੇ, ਕੁਲਦੀਪ ਸੋਹਤਾ ਜੀ ਬੈਠੇ ਨੇ ਸਾਹਮਣੇ ਅਤੇ ਸਾਡੇ ਪੱਪਾ ਬਾਜਾ ਖਾਨਾ ਜੀ ਬੈਠੇ ਨੇ। ਲਓ ਮੈਂ ਪੇਸ਼ ਕਰਨ ਲੱਗਾ ਪੂਰਨ ਭਗਤ ਦੇ ਧਿਆਨ ਦੇਣਾ ਆਉਣੇ ਦਿੱਤਾ ਹੁਕਮ ਜਲਾਦ ਨੂੰ, ਇਹਨੂੰ ਕਰ ਦਿਓ ਅਗਲੇ ਪਾਰ, ਉਹਨਾਂ ਪਿੱਛੋਂ ਮੁਸ਼ਕਾਂ ਦੇ ਲੀਆਂ ਪਿੱਛੋਂ ਮੁਸ਼ਕਾਂ ਦੇ ਲੀਆਂ, ਲੈ ਤੁਰੇ ਸ਼ਹਿਰ ਤੋਂ ਬਾਹਰ ਵਾ ਰਾਣੀ ਅਛਰਾ ਤਹਾਂ ਮਾਰਦੀ। ਰਾਣੀ ਇਛਰਾ ਤਹਾਂ ਮਾਰਦੀ, ਜਾ ਕੇ ਰਾਜੇ ਦੇ ਦਰਬਾਰ, ਰਾਜਿਆ ਪੂਰਨ ਦਾ ਕੋਈ ਦੋਸ਼ ਨਾ, ਰਾਜਿਆ ਪੂਰਨ ਦਾ ਕੋਈ ਦੋਸ਼ ਨਾ, ਮੇਰਾ ਪੂਰਨ ਤਾਂ ਦਰਵੇਸ਼, ਰਾਜਿਆ ਪੁੱਤਰ ਜਗ ਦੀਆਂ ਰੌਣਕਾਂ। ਰਾਜਿਆ ਪੁੱਤਰ ਜਗ ਦੀਆਂ ਰੌਣਕਾਂ, ਜਗ ਦੀਆਂ ਰੌਣਕਾਂ, ਨਾ ਦਿਲ ਦੇ ਵਿੱਚ ਬਜ਼ਾਰ, ਰਾਜਿਆ ਪੁੱਤ ਪਿਆਰੇ ਹੁੰਦੇ ਪੰਛੀਆਂ, ਰਾਜਿਆ ਪੁੱਤ ਪਿਆਰੇ ਹੁੰਦੇ ਪੰਛੀਆਂ, ਲਹਿੰਦੇ ਖੰਭਾਂ ਹੇਠ ਲਕੋ, ਰਾਜਿਆ ਪੁੱਤ ਨੂੰ ਨੇਰੇ ਕਿਨਾਰ ਗਏ। ਰਾਜਿਆ ਪੁੱਤ ਨੂੰ ਨੇੜੇ ਕਿਲਾਰੀ ਗਏ, ਚਾਨਣ ਦੀਵੇ ਵਰਗਾ ਹੋ, ਰਾਜਿਆ ਪੁੱਤ ਰਿਸ਼ਤੇ ਦਾ ਲਿਪੜਿਆ, ਰਾਜਿਆ ਪੁੱਤ ਰਿਸ਼ਤੇ ਦਾ ਲਿਪੜਿਆ, ਮਾਂ ਨੂੰ ਕਿਉੜੇ ਜਿਹੀ ਕਿਸ ਬੋ, ਇੰਨੇ ਪੂਰਨ ਦਿਸਨੋਂ ਹਟ ਗਿਆ। ਹਟ ਗਿਆ ਹੋ ਗਿਆ ਜਗਤ ਨੇਰ ਕੁਵਾਰ, ਖੂਨੀਆਂ ਪੂਰਨ ਜਾ ਕੇ ਢਾਲਿਆ, ਖੂਨੀਆਂ ਪੂਰਨ ਜਾ ਕੇ ਢਾਲਿਆ, ਉਹਦੇ ਕਰਦੇ ਟੁੱਟ ਚਾਰ, ਉੱਥੇ ਖਾਲ ਖੂਨ ਦੇ ਵਹਿ ਤੁਰੇ, ਖੂਨ ਦੇ ਵਹਿ ਤੁਰੇ, ਕੀਤਾ ਰੱਜ ਕੇ ਅਤਿਆਚਾਰ, ਉਧਰ ਬਰਮਾ ਵਿਸ਼ਨੂੰ ਡੋਲਿਆ,
ਹੁਣ ਪਰਮਾ ਵਿਸ਼ਨੂੰ ਡੋਲਿਆ ਸਤ ਸ਼ਿਵ ਜੀ ਦਾ ਅਵਤਾਰ ਗੋਰਖ ਨਾਥ ਪੈਸਾ ਹਾਂ ਮਾਰਦਾ ਗੋਰਖ ਨਾਥ ਪੈਸਾ ਹਾਂ ਮਾਰਦਾ ਕਿਉਂ ਦਿੱਤਾ ਭਗਤ ਨੂੰ ਮਾਰ ਮੰਦਰ ਸਿੱਧੂ ਹਮੀਰਗੜ ਬੋਲਦਾ ਮੰਦਰ ਸਿੱਧੂ ਹਮੀਰਗੜ ਬੋਲਦਾ ਅੱਠ ਜਲਾਲਾਂ ਵਾਲਾ ਬੋਲਦਾ ਕਿਉਂ ਦਿੱਤਾ ਭਗਤ ਨੂੰ ਮਾਰੋ ਭਗਤਾ ਭਲੀ ਕਰੂ ਕਰਤਾਰ ਓਏ ਚਲੋ ਭਲੀ ਕਰੂ ਕਰਤਾਰ ਭਗਤਾ ਭਲੀ ਕਰੂ ਕਰਤਾਰ ਭਗਤਾ ਭਲੀ ਕਰੂ।